ਪਤਾ ਨਹੀਂ ਕੀ ਹੈ बार-बार मेरे सामने वो लोग ऐ जियां अर्चना क्यों पैदा कर देने या मेनू टारगेट क्यों कर देने निकू नु हे टारगेट क्यों ਕੀਤਾ ਜਦੋਂ 인ਦਰਜੀਤ ਨਿੱਕੂ ਡੇਰੇ ਤੇ ਗਿਆ ਭਗਵੇਸ਼ਰधाम ਉਹਦੀ ਪਾਕ ਨੂੰ ਲੈ ਕੇ ਟਾਰਗੇਟ ਕਰਤਾ ਕੁੜੀ ਹੈ ਨੈਂਸੀ ਕਰੇ ਬਸ ਉਹ ਕੁੜੀ ਦੇ ਨਾਲ ਮੇਰਾ ਨਾਮ ਜੋੜ ਕੇ ਮੇਰੇ ਬਾਰੇ ਐਨਾ ਗੰਦਾ ਬੰਦਾ ਬੋਲਦੇ ਨੇ ਉਹ ਕਹਿੰਦੇ ਇਹਨਾਂ ਨੇ 인ਦਰਜੀਤ ਨਿੱਕੂ ਦਾ ਨਾਮ ਤਾਂ ਛਾਲਿਆ ਵੀ ਨਿੱਕੂ ਪਹਿਲੇ بڑے ਵਿਵਾਦਾਂ ਦੇ ਵਿੱਚ ਹੈ ਇਹਦੇ ਖੋਰ ਨਮਾਵਾਦ ਨੈਂਸੀ ਨਾਲ ਜੋੜ ਦੋ ਮੇਰੀ ਟਿਕਟੋਕ ਤੇ ਇੰਨੇ ਜਿੰਨੇ ਕੋ ਬਾਰੇ ਕਮੈਂਟ ਕਰ ਦਿੰਦੇ ਆ ਇਹ ਨਿੱਕੂ ਦੀ ਡੈਸ਼ ਡੈਸ਼ ਇਹ ਨਿੱਕੂ ਦੀ ਆਏ ਇਹਦੀ ਨਿੱਕੂ ਨਾ ਰਿਕੁਐਸਟਰ ਪਲੀਜ਼ ਮੇਰੇ ਤੇ ਇਦਾਂ ਦੇ ਲੰਚਰ ਨਾ ਲਾਓ ਮਸਾ ਮੈਂ ਆਪਣੀ ਲਾਈਨ ਦੇ ਵਿੱਚ ਆਇਆ ਕਿ ਮੈਂ ਮੈਂ ਕੋਈ ਨਿੱਕੂ ਤੇ ਕੇਸ ਪਾਇਆ ਜੀ ਮੈਂ 5 ਲੱਖ ਲੈ ਕੇ ਜੀ ਉਹਨਾਂ ਰਾਜੀਨਾਮਾ ਕੀਤਾ ਨਿੱਕੂ ਡਰ ਕੇ ਭੱਜ ਗਿਆ ਵਾਟ ਅ ਬੁਲਸ਼ਿਟ ਯਾਰ ਕੁਸ਼ਤਾ ਸ਼ਰਮ ਕਰੋ ਮੈਂ ਫਿਰ ਕਹਿੰਦਾ ਕਿ ਮੈਨੂੰ ਉਸ ਕੁੜੀ ਨਾਲ ਕੋਈ ਲੈਂਡ ਦੇਣੀ ਨਹੀਂ ਨਾ ਮੇਰਾ ਉਹਨਾਂ ਨਾਲ ਕੋਈ ਲੈਂਡ ਨਹੀਂ ਤੁਹਾਡਾ ਕੋਈ ਵੀ ਉਹ ਉਸ ਕੁੜੀ ਨਾਲ ਕੋ ਰੰਜਿਸ਼ਾ ਜਾਂ ਉਹਨਾਂ ਨਾਲ ਕੋਈ ਵੀ ਤੁਸੀਂ ਸਿੱਧੇ ਹੋ ਕੇ ਲੜੋ ਜਿਵੇਂ ਤੁਹਾਨੂੰ ਠੀਕ ਲੱਗਦਾ ਉਦਾਂ ਲੜੋ ਮੈਨੂੰ ਕੋਈ ਟੈਨਸ਼ਨ ਨਹੀਂ ਪਰ ਮੇਰਾ ਨਾਂ ਕਿਤੇ ਨਾ ਜੋੜੋ ਮੇਰਾ ਉਸ ਕੁੜੀ ਨਾਲ ਕੋਈ ਲੈਂਡ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਪਿਆਰ ਪਰਿਸ਼ਾਸਤਰੀ ਕਾਲਸਾ ਨੂੰ ਅਸਲਾਮ ਵਾਲੇਕੁਮ ਨਮਸਤੇ ਜੈ ਸ਼੍ਰੀ கிருஷ்ਨਾ ਰਾਧਾ ਰਧੇ ਸੋ ਕੱਲ ਮੈਂ ਇੱਕ ਵੀਡੀਓ ਦੇਖੀ ਔਰ ਮੈਂ ਆਪਣੇ ਟਿਕਟੌਕ ਤੇ ਅਪਲੋਡ ਵੀ ਕੀਤੀ ਸਿੰਗਰ ਪੰਜਾਬੀ ਸਿੰਗਰ ਲਿਜ਼ੰਡ ਇੰਦਰਜੀਤ ਨੀ ਕੋ ਸੋ ਆਈ ਰਿਮੈਂਬਰ ਵਨ ਆਈ ਵਾਸ ਵੈਰੀ ਯੰਗ ਵੈਰੀ ਯੰਗ ਤਦ ਅਸੀਂ ਉਹਦੇ ਸੌਂਗ ਸੁਣਿਆ ਕਰਦੇ ਸੀ ਪੂਰੀ ਫੈਮਿਲੀ ਬਹੁਤ ਸੁਰੀਲੀ ਤੇ ਮਿੱਠੀ ਆਵਾਜ਼ ਬਹੁਤ ਵਧੀਆ ਗਾਇਕ ਕਲਾਕਾਰ ਫਨਕਾਰ ਗੱਲ ਕੀ ਹੋਈ ਕਿ ਕਾਫੀ ਸਮਝਦਾ ਹੂੰ ਇੱਕ ਖਾਲਸਤਾਨੀ ਕੀ ਕਰਦੇ ਆ ਖੋਤੇਸਤਾਨੀ ਇੱਕ ਖੋਤੇਸਤਾਨੀ ਨੇ ਕੋਸ਼ਿਸ਼ ਕੀਤੀ ਮੇਰੀ ਆਵਾਜ਼ ਚੁਪ ਕਰਾਣ ਦੀ ਮੇਰਾ ਮੂੰਹ ਬੰਦ ਕਰਾਣ ਵਾਸਤੇ ਇਹਨਾਂ ਨੇ ਇੰਦਰਜੀਤ ਨਿਕੋ ਦੇ ਨਾਮ ਦੇ ਕਮੈਂਟ ਜਦੋਂ ਮੈਂ ਲਾਈਵ ਹੁੰਨੀ ਉਹਦਾ ਥੱਲੇ ਕਮੈਂਟ ਕਰ ਦਿੰਦੇ ਆ ਮੇਰੀ ਟਿਕਟੋਕ ਤੇ ਇੰਨੇ ਜਿੰਨੇ ਕੁ ਬਾਰ ਕਮੈਂਟ ਕਰ ਦਿੰਦੇ ਆ ਇਹ ਨਿੱਕੂ ਦੀ ਡੈਸ਼ ਡੈਸ਼ ਇਹ ਨਿੱਕੂ ਦੀ ਆਏ ਇਹਦੀ ਨਿੱਕੂ ਨਾਲ ਔਰ ਈਵਨ ਕਿ ਮੇਰੀ ਉਸ ਸ਼ਖਸ ਨਾਲ ਕਦੀ ਵੀ ਕੋਈ ਐਸੀ ਗੱਲ ਤੇ ਮੁਲਾਕਾਤ ਹੀ ਨਹੀਂ ਸੀ ਸੋ ਮੈਂ ਬਹੁਤ ਰਿਸਪੈਕਟ ਕਰਦੀ ਆ ਆਪਣੇ ਪੰਜਾਬ ਦੇ ਸਾਰੇ ਲੈਜੈਂਡ ਸਿੰਗਰਸ ਦੀ ਮੈਂ ਕਦੀ ਉਹਨਾਂ ਨਾਲ ਕੋਈ ਡਿਊਟ Song ਨਹੀਂ ਗਾਇਆ ਮੈਂ ਕਦੀ ਉਹਨਾਂ ਨਾਲ ਕੋਈ ਸਟੇਜ ਨਹੀਂ ਲਾਈ ਸਮ ਸੋ ਸਰਪ੍ਰਾਈਜ਼ ਫਿਰ ਮੈਨੂੰ ਕਿਸੇ ਇੱਕ ਖਾਲਸਤਾਨੀ ਬੰਦੇ ਨੇ ਜਿਹੜਾ ਇਹਨਾਂ ਦੇ ਵਿੱਚ ਖਾਲਸਤਾਨੀਆਂ ਬੰਦਿਆਂ ਦੇ ਵਿੱਚ ਵੀ ਕੁਝ ਐਸੇ ਬੰਦੇ ਵੜੇ ਹੋਏ ਆ ਜੋ ਇਹਨਾਂ ਦੇ ਸਾਰੇ ਇਨਫੋਰਮੇਸ਼ਨ ਬਾਹਰ ਦੱਸਦੇ ਲੋਕਾਂ ਨੂੰ ਕਿਸੇ ਇੱਕ ਬੰਦੇ ਨੇ ਦੱਸਿਆ ਕਹਿੰਦਾ ਨੈਂਸੀ ਜੀ ਮੈਂ ਕਿਹਾ ਵੀ ਨਿੱਕੂ ਨੂੰ ਹੀ ਟਾਰਗੇਟ ਕਿਉਂ ਕੀਤਾ ਜਦੋਂ ਇੰਦਰਜੀਤ ਨਿੱਕੂ ਡੇਰੇ ਤੇ ਗਿਆ ਭਗਵેશਰ ਧਾਮ ਉਹਦੀ ਪੱਗ ਨੂੰ ਲੈ ਕੇ ਟਾਰਗੇਟ ਕਰਤਾ ਵੀ ਇਹ ਪੱਗ ਬਣ ਕੇ ਉੱਥੇ ਗਿਆ ਕਿੱਥੇ ਲਿਖਿਆ ਵੀ ਜੇ ਬੰਦਾ ਕਿਸੇ 크੍ਰਿਸਚੀਅਨ ਦੇ ਵਿਆਹ ਚ ਗਿਆ ਤਾਂ ਪੱਗ ਨਹੀਂ ਬਣ ਕੇ ਜਾਏਗਾ ਉਹ ਕਹਿੰਦੇ ਇਹਨਾਂ ਨੇ ਇੰਦਰਜੀਤ ਨਿੱਕੂ ਦਾ ਨਾਮ ਤਾਂ ਛਾਲਿਆ ਵੀ ਨਿੱਕੂ ਪਹਿਲੇ ਹੀ ਬੜੇ ਵਿਵਾਦਾਂ ਦੇ ਵਿੱਚ ਐ ਇਹਦੇਖ ਹੋਰ ਨਵਾਂ ਬਾਦ ਨੈਨਸੀ ਨਾਲ ਜੋੜ ਦੋ ਕਿ ਮੈਂ ਮੈਂ ਕੋਈ ਨਿੱਕੂ ਤੇ ਕੇਸ ਪਾਇਆ ਜੀ ਮੈਂ 5 ਲੱਖ ਲੈ ਕੇ ਜੀ ਉਹਨਾਂ ਰਾਜਨਾਮਾ ਕੀਤਾ ਨਿੱਕੂ ਡਰ ਕੇ ਭੱਜ ਗਿਆ ਵਾਟ ਅ ਬਲਸ਼ਿਟ ਯਾਰ ਕੁਸ਼ਤਾ ਸ਼ਰਮ ਕਰੋ ਕਿਸ ਦਾ ਵੀ ਨਾਮ ਕਿਸੇ ਨਾਲ ਜੋੜਨ ਲੱਗੇ ਤੁਸੀਂ ਮਿੰਟ ਲਾਣੇ ਹੋ ਤੁਸੀਂ ਖਾਲਸਥਾਨੀਆਂ ਨੇ ਇੰਨਾ ਗੰਦ ਪਾਇਆ ਹੋਇਆ ਸੋ ਇਹਨਾਂ ਨੇ ਕਾਫੀ ਟਾਈਮ ਤੱਕ ਇਸ ਚੀਜ਼ ਨੂੰ ਟ੍ਰੋਲ ਕਰ ਰਹੀ ਸੀ ਤਾਂ ਚਲੋ ਮੈਨੂੰ ਲੱਗਦਾ ਵੀ ਨਿੱਕੂ ਵੀਰ ਜੀ ਕੋਲ ਵੀ ਇਹ ਮੈਸੇਜ ਚਲੇ ਗਏ ਹੋਣੇ ਆ ਮੈਂ ਹਮੇਸ਼ਾ ਹੁਣ ਆਪਣੇ ਵੱਡੇ ਭਰਾ ਦੀ ਨਜ਼ਰ ਨਾਲ ਦੇਖਿਆ ਹੈ ਵੱਡੇ ਨੇ ਸਾਤ ਉਮਰ ਚ ਅਸੀਂ ਰਿਸਪੈਕਟ ਕਰਦੇ ਆ ਸੋ ਸ਼ਾਇਦ ਨਿੱਕੂ ਭਾਜੀ ਕੋਲ ਚਲੇ ਗਏ ਹੋਣੀ ਆ ਗੱਲ ਤੇ ਉਹਨਾਂ ਨੂੰ ਅਫਸੋਸ ਹੋਣਾ ਵੀ ਕਿਸੇ ਦੀ ਧੀ ਭੈਣ ਨਾਲ ਨਾ ਜੋੜਨਾ ਦੈਟਸ ਵੈਰੀ ਬੈਡ ਵੈਰੀ ਬੈਡ ਸੋ ਮੈਂ ਅੱਥਰੋਂ ਨਿੱਕੂ ਵੀਰ ਜੀ ਦਾ ਵੀ ਥੈਂਕਸ ਕਰਦੀ ਆ ਕਿ ਜਿਹੜੇ মিডিਏ ਦੇ ਸਾਹਮਣੇ ਆਏ ਆਪਣਾ ਪੱਖ ਆਪਣਾ ਸੱਚ ਰੱਖਿਆ ਸੋ ਖਾਲਸਤਾਨੀਆਂ ਦਾ ਕੰਮ ਹੈ ਜੇ ਤੁਸੀਂ ਖਾਲਸਤਾਨ ਦੇ ਖਿਲਾਫ ਬੋਲੋਗੇ ਨਾ ਉਹ ਤੁਹਾਡਾ ਕਿਸੇ ਨਾਲ ਵੀ ਨਾਮ ਜੋੜਨਗੇ ਤੁਹਾਨੂੰ ਚੁੱਪ ਕਰਾਉਣ ਵਾਸਤੇ ਕਿਸੇ ਹੱਦ ਤੱਕ ਵੀ ਜਾਣਗੇ ਪਰ ਅਸੀਂ ਇਦਾਂ ਚੁੱਪ ਨਹੀਂ ਹੋਣਾ ਖੁੱਤ ਇਸਤਾਨੀਆਂ ਮੁਕਾਬਲਾ ਕਰਾਂਗੇ ਤੁਹਾਡਾ